ਜੇਲ੍ਹਾਂ ਦੇ ਵਿੱਚ ਨਸ਼ਾ ਇੰਨਾ ਆਮ ਹੋ ਗਿਆ ਵੀ ਹਾਂ ਜੇਲ੍ਹਾਂ ਦੇ ਵਿੱਚ ਮਿਲੀ ਜਾਂਦੀਆਂ ਗੋਲੀਆਂ, ਸਾਰਾ ਕੁਛ ਵੀ ਇੰਨੀਆਂ ਮਿਲਦੀਆਂ, ਸਾਰਾ ਕੁਛ ਮਿਲਦਾ, ਕੁਛ ਮਿਲਦਾ ਜੇਲ੍ਹਾਂ ਦੇ ਵਿੱਚ? ਇੱਕ ਤਾਂ ਤੁਸੀਂ ਆਹ ਜੀਭ ਵਾਲੀ ਗੋਲੀ ਕਿਹਾ, ਉਸ ਤੋਂ ਇਲਾਵਾ ਤੁਸੀਂ ਕੋਈ ਹੋਰ ਨਸ਼ਾ ਕੀਤਾ ਜੇਲ੍ਹ ਦੇ ਵਿੱਚ? ਜੇਲ੍ਹ ਦੇ ਵਿੱਚ ਜੀ ਜਰਦਾ, ਬੀੜੀ ਔਰ ਚਿੱਟਾ। ਅੱਛਾ, ਚਿੱਟਾ ਤੱਕ ਮਿਲਦਾ ਜੇਲ੍ਹ ਦੇ ਵਿੱਚ ਜੀ? ਉਹ ਕਿਵੇਂ ਫਿਰ ਕਿਵੇਂ ਮਿਲਦਾ ਉਹ, ਕਿਵੇਂ ਜਿਹੜੇ ਉੱਥੇ ਮੁਲਾਜ਼ਮ ਹੁੰਦੇ ਨੇ ਉਹ ਦਿੰਦੇ ਨੇ ਜਾਂ ਫਿਰ ਸਪੈਸ਼ਲ ਕੋਈ ਬਾਹਰੋਂ ਜਿਵੇਂ ਕੋਈ ਲੈ ਕੇ ਆਉਂਦਾ ਜਾਂ ਕੀ ਆ ਉਹ? ਬੰਦਿਆਂ ਨੇ ਬਾਹਰ ਵੀ ਸੈਟਿੰਗ ਕੀਤੀ ਹੁੰਦੀ ਆ ਬੰਦਿਆਂ ਦੇ ਨਾਲ, ਅੰਦਰ ਕੀ ਸਿਸਟਮ ਚੱਲਦਾ ਜੀ? ਅੰਦਰ ਤੁਸੀਂ ਕਹਿ ਤਾ ਜਿਵੇਂ ਲਾ ਲਓ, ਸਪੋਜ਼ ਕਰੋ ਮੈਨੂੰ ਚਾਹੀਦਾ ਔਰ ਤੁਹਾਡੇ ਕੋਲ ਸਮਾਨ ਹੈਗਾ, ਮੈਂ ਤੁਹਾਨੂੰ ਕਹਾਂਗਾ ਕਿ ਮੈਨੂੰ ਸਮਾਨ ਚਾਹੀਦਾ, ਤੇ ਤੁਸੀਂ ਆਪਣਾ ਮੋਬਾਈਲ ਨੰਬਰ ਦਿਓਗੇ ਘਰਦਿਆਂ ਦਾ ਜਾਂ ਕਿਸੇ ਦਾ ਕਹਿ ਲਓ, ਕੋਈ ਮੋਬਾਈਲ ਨੰਬਰ ਇੱਕ ਰੱਖਿਆ ਹੁੰਦਾ ਵੀ ਇਸ ਨੰਬਰ 'ਤੇ ਬਾਹਰ, ਉਹ ਤਾਂ ਅੰਦਰ ਬੈਠੇ ਨੇ, ਬਾਹਰ ਇਸ ਨੰਬਰ 'ਤੇ ਤੂੰ ਘਰਦਿਆਂ ਤੋਂ ਯਾਰ ਦੋਸਤ ਤੋਂ ਕਿਸੇ ਤੋਂ ਵੀ ਇੰਨੇ ਪੈਸੇ ਪੇਟੀਐਮ ਗੂਗਲ ਪੇ ਕਰਵਾ ਦੇ, ਤੈਨੂੰ ਇੱਥੇ ਅੰਦਰ ਸਮਾਨ ਮਿਲ ਜੂਗਾ। ਅੱਛਾ, ਤਕੜਾ ਨੈਟਵਰਕ ਰੱਖਿਆ ਹੋਇਆ। ਹਾਂਜੀ, ਅਤੇ ਜਿਹੜਾ ਕਹਿੰਦੇ ਉਹ ਬਾਹਰੋਂ ਆਉਂਦਾ ਕਿਵੇਂ ਆ, ਇੱਕ 5 ਰੁਪਏ ਦੀ ਪੁੜੀ ਆ ਜਰਦੇ ਦੀ, 10 ਵਾਲੀ ਹੁੰਦੀ ਆ ਕਿ 5 ਵਾਲੀ ਹੁੰਦੀ ਆ, ਉਹ ਅੰਦਰ ਇੱਕ ਮੈਂ ਦੱਸਦਾ, ਸ਼ਾਇਦ ਮੈਂ ਪਿਛਲੇ ਇੰਟਰਵਿਊ ਦੱਸਿਆ ਤੁਹਾਨੂੰ ਮੈਂ, ਅਤੇ ਇੱਕ ਢੱਕਣ ਪੈਪਸੀ ਦਾ 300 ਰੁਪਏ ਦਾ, ਹਰੇਕ ਜੇਲ੍ਹ ਦਾ ਵੱਖਰਾ ਵੱਖਰਾ ਹਿਸਾਬ ਆ। ਜਰਦੇ ਦਾ ਇੱਕ ਢੱਕਣ 300 ਰੁਪਏ ਦਾ ਮਿਲਦਾ ਸੀ ਜਦੋਂ ਮੈਂ ਸੀ 2021 ਦੇ ਵਿੱਚ। ਅੱਛਾ ਜੀ, ਠੀਕ ਆ ਜੀ। ਔਰ ਜਦੋਂ ਤੋੜ ਮਤਲਬ ਘੱਟ ਮਿਲਦਾ, ਜਦੋਂ ਲਾਲਾ ਵੀ ਬਾਹਰੋਂ ਸਮਾਨ ਜੇਲ੍ਹ ਦੇ ਵਿੱਚ ਆ ਨਹੀਂ ਰਿਹਾ, ਜਦੋਂ ਸਮਾਨ ਨਹੀਂ ਆਉਂਦਾ ਨਾ, ਤਾਂ ਉਹ ਜਿਹੜਾ 300 ਦਾ ਢੱਕਣ ਹੈ ਉਹ 300 ਤੋਂ 400 ਦਾ, 500 ਦਾ, 600 ਦਾ ਵੀ ਹੋ ਜਾਂਦਾ ਸੀ। ਅੱਛਾ, ਹਾਂਜੀ। ਫਿਰ ਇੰਨਾ ਪੈਸਾ ਅੰਦਰ ਕਿਵੇਂ ਆਉਂਦਾ? ਪੈਸਾ ਕਿਵੇਂ, ਪੈਸਾ ਨਹੀਂ, ਪੈਸਾ ਤਾਂ ਜਸਟ ਬਾਹਰੋਂ ਬਾਹਰ ਹੀ ਗੂਗਲ ਪੇ ਪੇਟੀਐਮ ਹੋ ਰਹੇ ਨੇ ਜੀ। ਅੱਛਾ, ਜਰਦੇ ਦਾ ਢੱਕਣ ਲੈਣ ਵਾਸਤੇ ਵੀ ਬਾਹਰੋਂ ਗੂਗਲ ਪੇ ਪੇਟੀਐਮ ਕਰਾਉਣੇ ਪੈਂਦੇ? ਹਾਂਜੀ ਹਾਂਜੀ। ਨਹੀਂ, ਜੇਲ੍ਹਾਂ ਦੇ ਵਿੱਚ ਵੀ ਕਹਿੰਦੇ ਮੁੰਡੇ ਉੱਥੇ ਕੰਮ ਕਰਦੇ ਨੇ, ਦਿਹਾੜੀਆਂ ਲਾਉਂਦੇ ਨੇ? ਨਹੀਂ, ਮੈਂ ਤੁਹਾਨੂੰ ਦੱਸਦਾ, ਜਿਹੜਾ ਚਲੋ ਜਿਹੜੇ ਬੰਦੇ ਕੋਲ ਬਾਹਰੋਂ ਗੂਗਲ ਪੇ ਪੇਟੀਐਮ ਨਹੀਂ ਨਾ ਕਰਵਾ ਸਕਦੇ, ਅੰਦਰ ਜਿਵੇਂ ਇੱਕ ਨਾ ਵਾਈਫਾਈ ਵਾਲਾ ਕਾਰਡ ਬਣਦਾ ਬੰਦੇ ਦਾ ਕੰਟੀਨ ਵਾਸਤੇ, ਉਹ ਜਾਂ ਫਿਰ ਜਾਂ ਤਾਂ ਬਾਹਰੋਂ ਕਰਵਾਉਂਦੇ ਆ ਲੋਕ ਵੀ ਬਾਹਰੋਂ ਬਾਹਰ ਗੂਗਲ ਪੇ ਕਰਵਾ ਦਿੰਦੇ ਆ, ਜਾਂ ਫਿਰ ਉਹ ਕਾਰਡ ਹੁੰਦੇ ਆ ਨਾ ਉਹਦੇ ਵਿੱਚ ਪੈਸੇ ਮਤਲਬ ਪਵਾਉਂਦੇ ਆਪਾਂ ਘਰਦਿਆਂ ਤੋਂ ਪਵਾ ਸਕਦੇ ਹਾਂ, ਉਹਦੇ ਵਿੱਚੋਂ ਜੇ 300 ਦਾ ਆਪਾਂ ਢੱਕਣ ਲੈ ਰਹੇ ਹਾਂ ਆਪਾਂ ਨੂੰ ਜਰਦਾ ਮਿਲ ਜੂਗਾ, ਆਪਾਂ 300 ਦਾ ਰਾਸ਼ਨ ਦਵਾ ਸਕਦੇ ਹਾਂ ਅੰਦਰ। ਅੱਛਾ, ਇੱਦਾਂ ਵੀ ਚੱਲਦਾ। ਅਤੇ ਉੱਥੇ ਕੰਮ ਵਗੈਰਾ ਵੀ ਕੀਤਾ ਤੁਸੀਂ ਜੇਲ੍ਹ ਦੇ ਵਿੱਚ? ਨਹੀਂ, ਆਪਾਂ ਕੰਮ ਨਹੀਂ ਕੀਤਾ, ਕੰਮ ਕਰਨ ਵਾਸਤੇ ਉਹ ਤਾਂ ਆਪਣੇ 'ਤੇ ਡਿਪੈਂਡ ਆਪਾਂ ਕਰਨਾ ਚਾਹੁੰਦੇ ਹਾਂ ਕਿ ਨਹੀਂ, ਕਿਉਂਕਿ ਜਿਹੜੇ ਹਵਾਲਾਤੀ ਹੁੰਦੇ ਆ ਨਾ ਆਪਾਂ ਤਾਂ ਆ ਗਏ ਅੰਡਰ ਟ੍ਰਾਇਲ, ਅਤੇ ਜਿਹੜੇ ਕੈਦੀ ਆ ਉਹਨਾਂ ਨੂੰ ਤਾਂ ਕਰਨਾ ਪੈਂਦਾ ਹੀ ਆ, ਅਤੇ ਕਿਤੇ ਕਿਤੇ ਨਾ ਜੇ ਲੰਗਰ ਦੇ ਵਿੱਚ ਐਡੇ ਤਾਂ ਸੁੰਡ ਮਿਲਦੇ ਆ ਜੀ ਸਬਜ਼ੀ ਦੇ ਵਿੱਚ। ਅੱਛਾ, ਮੈਂ ਹਰੇਕ ਜੇਲ੍ਹ ਦੀ ਗੱਲ ਨਹੀਂ ਕਰ ਰਿਹਾ, ਮੈਂ ਬਠਿੰਡੇ ਜੇਲ੍ਹ ਦੀ ਗੱਲ ਕੀਤੀ ਆ, ਬਠਿੰਡੇ ਜੇਲ੍ਹ ਮੈਂ ਜ਼ਿਆਦਾ ਟਾਈਮ ਕੱਟਿਆ, ਪਟਿਆਲੇ ਜੇਲ੍ਹ ਦੀ ਰੋਟੀ ਬਹੁਤ ਸਹੀ ਸੀ। ਅੱਛਾ, ਅਤੇ ਲੰਗਰ ਦੇ ਵਿੱਚ ਜਦੋਂ ਬੰਦੇ ਕੰਮ ਕਰਦੇ ਨੇ ਕਈ, ਤਾਂ ਉਹਨਾਂ ਦਾ ਸਿਸਟਮ ਐਂ ਹੁੰਦਾ ਜੀ ਉਹਨਾਂ ਨੂੰ ਰੋਟੀ ਪਾਣੀ ਵਧੀਆ ਮਿਲਦਾ, ਜੇ ਉਹ ਆਪਣੇ 'ਤੇ ਡਿਪੈਂਡ ਆਪਾਂ ਕਰਨਾ ਚਾਹੁੰਦੇ ਹਾਂ ਕਿ ਨਹੀਂ, ਬਟ ਨਾ ਕਰਾ ਦਿੰਦੇ ਉੱਥੇ। ਅਤੇ ਦੋ ਜਦੋਂ ਮੈਂ ਸਟਾਰਟਿੰਗ 'ਚ ਨਵਾਂ ਨਵਾਂ ਗਿਆ ਸੀ ਬਰਨਾਲੇ ਜੇਲ੍ਹ ਦੇ ਵਿੱਚ, ਮੈਂ ਚਾਹ ਪੀ ਕੇ ਵੇਖੀ ਤਾਂ ਵਧੀਆ ਨਹੀਂ ਲੱਗੀ ਜੀ, ਮੈਂ ਘਰ ਦੇ ਵਿੱਚ ਵੀ 15-15 ਗਲਾਸ ਪੀ ਜਾਂਦਾ ਹੁੰਦਾ, ਆਪ ਬਣਾਉਂਦਾ ਹਾਂ, ਮਿਹਨਤੀ ਬਹੁਤ ਮਿਹਨਤ ਕੀਤੀ ਜੀ, ਮੈਂ ਮੱਝਾਂ ਦਾ ਕੰਮ ਕਰਦਾ ਹਾਂ ਅਤੇ ਕੰਮ ਕਰਦੇ ਰਹਿਣਾ ਸਾਰਾ ਦਿਨ, ਚਾਹ ਦਾ ਹੀ ਨਸ਼ਾ ਸੀ ਮੈਨੂੰ ਸਿਰਫ। ਅਤੇ ਜਦੋਂ ਜੇਲ੍ਹ ਗਿਆ ਇਹ ਚਾਹ ਚੂਹ ਸਾਰਾ ਕੁਛ ਵਿਸਰ ਗਿਆ, ਬਸ ਜਿਉਂ ਦਾ ਚੱਕ ਦੀਦਾ ਜੀ। ਫਿਰ ਜੇਲ੍ਹ ਦੇ ਵਿੱਚ ਤੁਹਾਡੀ ਕਿਸੇ ਗੈਂਗਸਟਰ ਨਾਲ ਜਾਂ ਕਿਸੇ ਨਾਮੀ ਜਿਹੜੇ ਉੱਥੇ ਹੁੰਦੇ ਨੇ ਗੈਂਗਸਟਰ, ਉਹਨਾਂ ਨਾਲ ਕਿਸੇ ਨਾਲ ਮੁਲਾਕਾਤ ਹੋਈ? ਮੇਰੀ ਤਰੀਕ ਸੀਗੀ ਅਤੇ ਗੈਂਗਸਟਰ ਆ, ਏ ਕਲਾਸ ਗੈਂਗਸਟਰ ਆ, ਉਹ ਵੀ ਸੇਮ ਥੋੜ੍ਹੇ ਟਾਈਮ ਬਾਅਦ ਉੱਥੇ ਆਇਆ,
ਮਤਲਬ ਹੈ ਨਾ ਬਹਿਲਾਣ ਫਸਲਾਣ ਵਾਲੀਆਂ ਗੱਲਾਂ ਹੁੰਦੀਆਂ ਨੇ, ਉਹ ਮੇਰੇ ਇਕੱਲੇ ਨਾਲ ਨਹੀਂ ਸੀ, ਮਤਲਬ ਕਾਫੀ ਬੰਦੇ ਖੜੇ ਸੀ ਉੱਥੇ, ਸਾਰਿਆਂ ਨੂੰ ਕਹਿੰਦਾ ਆਪਾਂ ਸਾਰੇ ਭਰਾ ਵਾਂ, ਆਪਾਂ ਕਿਸੇ ਦੇ ਅਧੀਨ ਨਹੀਂ ਰਹਿਣਾ, ਇਹ ਨਹੀਂ ਕਰਨਾ, ਵੋ ਨਹੀਂ ਕਰਨਾ, ਆਪਾਂ ਆਹ ਕਰ ਦੇਣਾ, ਵਾਹ ਕਰ ਦੇਣਾ। ਅਤੇ ਜਦੋਂ ਕੰਮ ਸਾਰਾ ਕੁਛ ਮਤਲਬ ਤਰੀਕ ਤਰੂਕ ਪੈ ਕੇ ਨਿਬੇੜ ਕੇ ਜਾਂਦੇ ਆ, ਜਿਹੜੇ ਤਾਂ ਹੁੰਦੇ ਆ ਮਤਲਬ ਘੱਟ ਦਿਮਾਗ ਦੇ, ਉਹ ਤਾਂ ਗੱਲਾਂ 'ਚ ਆ ਵੀ ਜਾਂਦੇ ਆ ਜੀ, ਠੀਕ ਆ। ਹੁਣ ਜਿਹਨੇ ਆਪਣਾ ਫਿਊਚਰ ਹੀ ਵੇਖਣਾ, ਆਪਣਾ ਘਰ ਬਾਰ ਵੀ ਵੇਖਣਾ, ਉਹ ਨਹੀਂ ਇਹਨਾਂ ਕੰਮਾਂ ਵਾਸਤੇ ਜਾਂਦਾ ਹੈਗਾ। ਅਤੇ ਆਪਾਂ ਆਪਣੇ ਆਪ ਨੂੰ ਮੋੜਿਆ ਇਸ ਤੋਂ, ਅਤੇ ਕਈ ਹੋਰ ਹੁੰਦੇ ਵੀ ਆ ਗੱਲਾਂ 'ਚ ਆ ਜਾਂਦੇ ਆ ਜੀ, ਅਤੇ ਗੱਲਾਂ ਦੇ ਵਿੱਚ ਵੀ ਉਹ ਲਿਆਉਂਦੇ ਆ ਇਸ ਤਰੀਕੇ ਨਾਲ ਵੀ ਤੁਸੀਂ ਐਂ ਕਹੋ ਕਿ ਬਸ ਭਰਾ ਮੇਰਾ ਤਾਂ ਇਹੀ ਆ। ਤੁਹਾਡੇ ਨਾਲ ਹੋਈ ਗੱਲ ਉਹਨਾਂ ਦੀ ਕੋਈ? ਹਾਂ, ਉੱਥੇ ਬਸ ਇੱਕ ਦੋ ਵਾਰ ਤਰੀਕ 'ਤੇ ਸੀ, ਤਰੀਕ 'ਤੇ ਹੋਇਆ, ਹਾਂ ਭਰਾ ਕਿੱਥੋਂ ਆ ਤੂੰ, ਆਪਾਂ ਪਟਿਆਲੇ ਤੋਂ ਜੀ। ਅੱਛਾ, ਬਸ ਇੰਨੀ ਕੋਈ ਗੱਲ ਹੋਈ ਆ। ਉਦੋਂ ਬਾਅਦ ਤਰੀਕ ਪੈ ਗਈ, ਉਹ ਆਪਣੇ ਆ, ਅਸੀਂ ਆਪਣੇ ਰਾਹ। ਨਹੀਂ, ਤੁਹਾਨੂੰ ਨਹੀਂ ਕਦੇ ਉਹਨਾਂ ਨੇ ਕਿਹਾ ਵੀ ਹਾਂ ਵੀ ਸਾਡੇ ਨਾਲ ਚੱਲ ਪਿਆ ਯਾਰ ਤੂੰ? ਇੱਦਾਂ ਦਾ ਕੁਛ ਨਹੀਂ ਹੋਇਆ ਜੀ। ਅੱਛਾ ਅੱਛਾ। ਨਹੀਂ ਨਹੀਂ,